ਕਿਸਾਨ ਜੁੜਿਆ ਕਾਦੀਆਂ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਦੇਖਦੇ ਆ ਦੇਖਦੇ ਆ ਪ੍ਰੇਰੇ ਹੋਇਆ ਤੁਸੀਂ ਦੇਖਿਆ ਰੇਲਾ ਦੇ ਜਿਨ੍ਹਾਂ ਦੇ ਪੁੱਤ ਜਵਾਨ ਮਰ ਗਏ ਨਾ ਕੱਟ ਦੇ ਕਾਰ ਮਰ ਗਏ ਹੁਣ ਰਾਲੀਆਂ ਦੇ ਘੇਰੇ ਦੇ गवर्नर हाउस या मुख्यमंत्री की कोठी चंडीगढ़ लैके जावांगे जो साडा पंजाब दा फैसला ਨਾਨਕੋਰ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਸੀਨੀਅਰ ਮੀਤਰਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਸੀਂ ਅੱਜ ਜਿਹੜਾ ਮਤਲਬ ਕਿ ਅਸੀਂ ਇਕੱਠ ਕੀਤਾ ਗਾਈਆਂ ਵੀ ਲੈ ਕੇ ਆਏ ਹਾਂ ਇਹ ਸਰਕਾਰ ਦੇ ਅਸੀਂ ਵਿਰੋਧ ਦੇ ਵਿੱਚ ਆਏ ਹੈਗੇ ਹਾਂ ਸਾਡੇ ਕੋਲ ਵੱਡੀ ਪੱਧਰ 'ਤੇ ਗਊ ਸਿੱਖ ਲਿਆ ਜਾਂਦਾ ਉਹ ਗਊ ਸਿੱਖ ਲੱਗਦਾ ਕਿੱਥੇ ਆ ਜਨਤਾ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਉਹ ਕਿੱਥੇ ਲੱਗ ਰਿਹਾ ਹੈਗਾ ਇਸ ਕਰਕੇ ਜਿਹੜੀ ਇਹ ਸੁੱਤੀ ਹੋਈ ਸਰਕਾਰ ਇਹਨੂੰ ਜਗਾਉਣ ਵਾਸਤੇ ਆਏ ਹਾਂ ਇਹ ਨਿਰਾ ਕਪੂਰਥਲੇ ਨਹੀਂ ਅੱਜ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੋਹਰੇ ਜਿਹੜੀਆਂ ਹੈਗੀਆਂ ਗਾਈਆਂ ਨੂੰ ਛੱਡ ਕੇ ਇਹ ਰੋਸ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੀ ਇਹ ਸੁੱਤੀ ਹੋਈ ਜਿਹੜੀ ਸਰਕਾਰ ਆ ਇਹ ਨਾ ਇਹ ਸੋਚੇ ਵੀ ਇਹ ਕਿਸੇ ਨੂੰ ਪਤਾ ਹੀ ਕੋਈ ਨਹੀਂ ਆ ਪਤਾ ਜਨਤਾ ਨੂੰ ਸਭ ਕਹੇਗਾ ਤੁਹਾਡੇ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਊਗਾ ਜਾਂ ਤੁਸੀਂ ਆਪਣੇ ਆਪ ਜਿਹੜਾ ਹੈਗਾ ਇਹਨੂੰ ਆਪਣਾ ਠੀਕ ਕਰ ਲਓ ਗਊ ਸਿੱਖ ਨੂੰ ਗਊ ਸਿੱਖ ਦੀ ਜਗ੍ਹਾ ਵਰਤੋ ਅਗਲੀ ਵਾਰ ਕੁੱਤੇ ਵੀ ਲਿਆਵਾਂਗੇ ਨਾਲ ਫੜ ਕੇ ਅਸੀਂ ਥੋੜਾ ਜਿਹਾ ਐਤਕੀ ਲਿਹਾਜ਼ ਕਰਾਂਗੇ ਕਿ ਇਹਨਾਂ ਦੀ ਥੋੜੀ ਬਹੁਤੀ ਸੁਣ ਲਾਂਗੇ ਦੂਜੀ ਵਾਰ ਵੜਾਂਗੇ ਇਹਨਾਂ ਦੇ ਦਫ਼ਤਰਾਂ 'ਚ ਸਰਕਾਰ ਜਿਹੜੀ ਹੈਗੀ ਆ ਸਾਨੂੰ ਇਹ ਸਮਝ ਨਹੀਂ ਲੱਗਦੀ ਹੈਗੀ ਵੀ ਸਰਕਾਰ ਨੂੰ ਗਿਆਨ ਹੈ ਨਹੀਂ ਜਾਂ ਸਰਕਾਰ ਜਾਣ ਕੇ ਗੂੰਗੀ ਬੋਲੀ ਬਣੀ ਹੋਈ ਆ ਕੋਈ ਵੀ ਕੰਮ ਜਿਹੜਾ ਹੈਗਾ ਸਾਨੂੰ ਹਰ ਥਾਂ ਸੰਘਰਸ਼ ਕਰਕੇ ਜਿਹੜਾ ਹੈਗਾ ਉਹਦਾ ਮੁੱਦਾ ਉਠਾਉਣਾ ਪੈਂਦਾ ਹੈਗਾ ਸਰਕਾਰਾਂ ਨੇ ਤਾਂ ਬੇਸ਼ਰਮੀ ਦੇ ਆਪਾਂ ਕਹਿ ਲਈਏ ਲੱਕ ਧਰਿਆ ਹੈਗਾ ਝੂਠ ਜਿਹੜਾ ਇੰਨਾ ਝੂਠ ਆ ਇਹਨਾਂ ਨੂੰ ਲੈ ਕੇ ਡੁੱਬ ਜਾਏਗਾ ਇਹਦੇ ਝੂਠ ਜਿੰਨਾ ਇਹ ਮਾਰਦੇ ਹੈਗੇ ਆ ਇਹ ਕਹਿੰਦੇ ਕੁਛ ਆ ਕਰਦੇ ਕੁਛ ਆ ਸਾਡੇ ਕੋਲ ਮਤਦਾਨ